petrecerea. Amen. 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 ਜਿਹੜੀਆਂ ਮੇਰੇ ਕੋਲ ਉਦੋਂ ਵੀ ਮੇਰੀ ਜੁਆਇਨਿੰਗ ਤੋਂ ਬਾਅਦ ਬਹੁਤ ਸਾਰੀਆਂ ਕੰਪਲੇਂਟਸ ਇਹਨਾਂ ਲੜਕੀਆਂ ਦੀਆਂ ਸੀ ਕਿ ਜਿਨ੍ਹਾਂ ਵਿਚਾਰੀਆਂ ਨੂੰ ਜਸਟਿਸ ਸੀ ਨਹੀਂ ਮਿਲ ਪਾ ਰਿਹਾ ਹੋਰ ਹਾਲੇ ਵੀ ਜਿਹੜੇ ਇਹ ਰੇਸ਼ੋ ਇਹ ਡੇ ਬਾਈ ਡੇ ਸਾਡੀ ਵੱਧਦੀ ਜਾ ਰਹੀ ਤੇ ਅੱਜ ਜੋ ਲੜਕੀਆਂ ਰਿਗਾਰਡਿੰਗ ਹੀ ਕਿ ਆਪਾਂ ਹੁਣ ਇਹਨਾਂ ਨੂੰ ਇਸ ਕਰਕੇ ਇੱਥੇ ਬੁਲਾਇਆ ਗਿਆ ਸੀ ਕਿ ਆਪਾਂ ਕੀ ਕਰ ਸਕਦੇ ਹਾਂ ਕਿਉਂ ਇਹਨਾਂ ਦਾ ਕੋਈ ਸੋਲੂਸ਼ਨ ਨਿਕਲ ਨਹੀਂ ਪਾ ਰਿਹਾ ਕੁਛ ਜਿਹੜੀਆਂ ਕਿ ਡਿਸਟ੍ਰਿਕਟ ਪੱਧਰ 'ਤੇ ਆਪਾਂ ਕੰਮ ਐਨ ਆਰ ਆਈ ਸੈੱਲ ਕਰ ਸਕਦੇ ਨੇ ਬਹੁਤ ਸਾਰੀਆਂ ਕੰਪਲੇਂਟਸ ਇਹੋ ਜਿਹੀਆਂ ਨੇ ਲੋਕਾਂ ਦੀਆਂ ਕਿ ਜਿੱਥੇ ਲੜਕੀਆਂ ਦਾ ਕਹਿਣਾ ਹੈ ਕਿ ਸਾਨੂੰ ਸੁਣਿਆ ਨਹੀਂ ਜਾਂਦਾ ਜਿਹੜੇ ਐਨ ਆਰ ਆਈ ਸੈੱਲ ਦੇ ਅੰਡਰ ਇਹ ਚਾਹੁੰਦੇ ਨੇ ਉੱਥੇ ਸੁਣਿਆ ਨਹੀਂ ਜਾਂਦਾ ਅਤੇ ਕਿਉਂਕਿ ਚਾਹੇ ਐਨ ਆਰ ਆਈ ਸੈੱਲ ਇਨ ਮੈਟਰਸ ਨੂੰ ਦੇਖ ਰਿਹਾ ਪਰ ਬਾਹਰ ਜਿਹੜੀ ਲੜਕੀਆਂ ਦੇ ਨਾਲ ਇੱਥੇ ਪੰਜਾਬ ਦੀਆਂ ਨੇ ਸਾਡਾ ਤਾਂ ਕੰਸਰਨ ਹੈ ਸਾਡੇ ਤਾਂ ਪੰਜਾਬ ਦੀਆਂ ਬੇਟੀਆਂ ਨੇ ਮੇਰਾ ਕੰਸਰਨ ਨਹੀਂ ਉਹਨਾਂ ਨਾਲ ਮੇਰੇ ਕੋਲ ਆਉਂਦੀਆਂ ਨੇ ਇੱਕ ਉਮੀਦ ਲੈ ਕੇ ਅਤੇ ਉਦੋਂ ਬੜਾ ਮੈਨੂੰ ਬੁਰਾ ਲੱਗਦਾ ਹੈ ਕਿ ਜੋ ਆਪਾਂ ਕਰ ਸਕਦੇ ਹਾਂ ਵੱਧ ਤੋਂ ਵੱਧ ਕਿਉਂ ਨਹੀਂ ਕਰ ਸਕਦੇ ਕਮਿਸ਼ਨ ਬਹੁਤ ਕੁਛ ਜੇ ਐਨ ਆਰ ਆਈ ਸੈੱਲ ਸਾਨੂੰ ਨਾਲ ਸਪੋਰਟ ਕਰੇ ਤਾਂ ਕਮਿਸ਼ਨ ਬਹੁਤ ਕੁਛ ਅੱਜ ਉਹਨਾਂ ਨਾਲ ਕੁਛ ਇਹੋ ਜਿਹੀਆਂ ਸੁਜੈਸ਼ਨ ਆਪਸ ਵਿੱਚ ਐਕਸਚੇਂਜ ਕੀਤੀਆਂ ਉਹਨਾਂ ਨੇ ਮੈਨੂੰ ਕੁਛ ਸੁਜੈਸ਼ਨ ਦਿੱਤੀਆਂ ਕਿ ਆਪਾਂ ਇਹ ਕਰ ਸਕਦੇ ਹਾਂ ਮੈਂ ਵੀ ਉਹਨਾਂ ਨੂੰ ਕੁਛ ਆਈਡੀਆਜ਼ ਦਿੱਤੇ ਨੇ ਕਿ ਇਸ ਤਰ੍ਹਾਂ ਆਪਾਂ ਇਹਨਾਂ ਪ੍ਰੋਬਲਮਸ ਨੂੰ ਬਹੁਤ ਹੱਦ ਤੱਕ ਸੋਰਟ ਆਊਟ ਕਰ ਸਕਦੇ ਹਾਂ ਪਰ ਇੱਕ ਸ਼ੁਰੂਆਤ ਕਰਨ ਪਹਿਲ ਕਰਨ ਦੀ ਜ਼ਰੂਰਤ ਹੈ ਆਉਣ ਵਾਲੇ ਸਮੇਂ ਵਿੱਚ ਡੀ ਜੀ ਸਾਹਿਬ ਨਾਲ ਇੱਕ 15 ਅਗਸਤ ਤੋਂ ਬਾਅਦ ਇੱਕ ਪੂਰੇ ਪੰਜਾਬ ਦੀ ਐਨ ਆਰ ਆਈ ਸੈੱਲ ਦੇ ਹਰ ਡਿਸਟ੍ਰਿਕਟ ਦੇ ਜਿੰਨੇ ਇੰਚਾਰਜ ਨੇ ਉਹਨਾਂ ਦੇ ਨਾਲ ਇੱਕ ਵੱਡੇ ਪੱਧਰ ਦੀ ਮੀਟਿੰਗ ਕੀਤੀ ਜਾਏਗੀ ਅਤੇ ਇਹਦੇ 'ਤੇ ਇੱਕ ਜਾਂਚ ਵੀ ਕੀਤੀ ਜਾਏਗੀ ਕਿੱਥੇ ਕਿੱਥੇ ਲੜਕੀਆਂ ਦੀ ਜਿਹੜੀਆਂ ਸ਼ਿਕਾਇਤਾਂ ਨੇ ਕਿ ਕੀ ਇਹਦੇ 'ਤੇ ਕਮੀ ਕਿੱਥੇ ਹੈਗੀ ਹੈ ਕਮੀ ਐਨ ਆਰ ਆਈ ਸੈੱਲ ਵੱਲੋਂ ਵੀ ਜਾਂ ਜਿਹੜੇ ਉਸ ਲੈਵਲ 'ਤੇ ਉਸ ਥਾਣੇ ਦੇ ਵਿੱਚ ਜਿਹੜੇ ਐਸ ਐਚ ਓ ਨੇ ਇੰਚਾਰਜ ਨੇ ਕਿਉਂਕਿ ਕੁਛ ਬੱਚੀਆਂ ਦੇ ਇੱਦਾਂ ਦੇ ਐਲੀਗੇਸ਼ਨ ਨੇ ਉਹ ਇੱਕ ਜਾਂਚ ਦਾ ਵਿਸ਼ੇ ਨੇ ਮੇਰਾ ਬੜਾ ਕੰਸਰਨ ਹੈ ਮੇਰਾ ਕੰਸਰਨ ਹੈ ਕਿ ਕਿਤੇ ਨਾ ਕਿਤੇ ਸਿਚੁਏਸ਼ਨ ਜਿਹੜੀ ਹੁੰਦੀ ਹੈ ਲਾਅ ਐਂਡ ਆਰਡਰ 'ਤੇ ਵੀ ਆ ਕੇ ਮੈਂ ਨਹੀਂ ਚਾਹੁੰਦੀ ਸਥਿਤੀ ਆਉਣ ਵਾਲੇ ਸਮੇਂ 'ਚ ਹੋਰ ਵਿਗੜੇ ਕਿਉਂਕਿ ਜਿਹੜਾ ਹੁਣ ਸਮਾਂ ਇਹ ਸਾਡੇ ਯੂਥ ਨੂੰ ਲੈ ਕੇ ਲੜਕੀਆਂ ਦਾ ਤਾਂ ਜਿਹੜੀਆਂ ਵਿਚਾਰੀਆਂ ਹਜ਼ਾਰੋਂ ਦੀ ਤਾਦਾਦ 'ਚ ਬੱਚੀਆਂ ਬੈਠੀਆਂ ਹੋਈਆਂ ਨੇ ਇਸ ਟਾਈਮ ਜਿਨ੍ਹਾਂ ਨੂੰ ਮੁੰਡੇ ਵਿਆਹ ਕਰਕੇ ਬੱਚੇ ਪੈਦਾ ਕਰਕੇ ਛੱਡ ਕੇ ਉਹ ਵਿਚਾਰੀਆਂ ਸਫ਼ਰ ਕਰ ਰਹੀਆਂ ਨੇ ਪਰਿਵਾਰ ਟੁੱਟ ਚੁੱਕੇ ਨੇ ਔਰ ਸੁਣਵਾਈ ਕਿਤੇ ਹੈ ਨਹੀਂ ਪਰ ਇਹਦੇ ਵਿੱਚ ਜੇ ਆਪਣੀ ਇਮੋਸ਼ਨਸ ਨਾਲ ਰਿਲੇਟ ਕਰਕੇ ਕੋਈ ਕੰਮ ਕਰਨਾ ਚਾਹੇ ਤਾਂ ਬਹੁਤ ਕੁਛ ਕਰ ਸਕਦੇ ਆ ਮੇਰਾ ਸਿਰਫ ਕੰਸਰਨ ਇਹੀ ਹੋਈ ਹੈ ਕਿ ਮੇਰੇ ਕੋਲ ਕੁਛ ਇੱਦਾਂ ਦੇ ਸੁਝਾਵ ਮੇਰੇ ਕੋਲ ਹੈਗੇ ਨੇ ਜਿਹੜੇ ਮੈਂ ਉਹਨਾਂ ਨੂੰ ਦਿੱਤੇ ਮੈਨੂੰ ਇਹ ਲੱਗਦਾ ਹੈ ਪਿਛਲੇ ਕੁਛ ਸਮਾਂ 'ਚ ਮੈਂ 3 ਤੋਂ 4 ਕੇਸ 1 ਮਹੀਨੇ ਦੇ ਅੰਦਰ ਹੀ ਲੜਕੀਆਂ ਤੋਂ ਰਿਲੇਟਿਡ ਸੀ ਕਿ ਜਿਹੜੀਆਂ ਪਰਿਵਾਰ ਔਰ ਬੱਚੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਕਿਉਂਕਿ ਇਹ ਸਾਡੀ ਸੁਸਾਇਟੀ ਇਸ ਚੀਜ਼ ਨੂੰ ਮੈਂ ਉਹਨਾਂ ਦੀ ਭਾਵਨਾਵਾਂ ਦਾ ਸਨਮਾਨ ਕਰਨੀ ਆ ਨਹੀਂ ਅੱਗੇ ਆਉਣਾ ਚਾਹੁੰਦੀ ਹਾਂ ਪਰਿਵਾਰ ਨਹੀਂ ਆ ਜਿਨ੍ਹਾਂ ਚੀਜ਼ਾਂ ਤੋਂ ਲੋਕ ਡਰਦੇ ਰਹਿੰਦੇ ਨੇ ਅਤੇ ਉਹਨਾਂ ਦਾ ਸਨਮਾਨ ਮੈਂ ਰੋਕ ਲਿਓ ਬੱਚੀਆਂ ਨੂੰ ਇੱਕ ਤੂੰ ਆਪਾਂ ਏਅਰਪੋਰਟ ਤੋਂ ਪਕੜਿਆ ਪੁਲਿਸ ਦੇ ਸਹਿਯੋਗ ਨਾਲ ਇੱਕ ਦਾ ਪਾਸਪੋਰਟ ਲੈ ਕੇ ਉਹ ਮੁੰਡਾ ਕੋਰਟ ਮੈਰਿਜ ਨਹੀਂ ਕਰਵਾ ਕੇ ਖੁਸ਼ ਸੀ ਅਤੇ ਇੱਦਾਂ ਦੇ ਕੇਸ ਮੈਂ ਬਹੁਤ ਸਾਰੇ ਜੇ ਮੈਂ ਇੱਕ ਬੀਂਗ ਏ ਚਲੋ ਚੇਅਰਪਰਸਨ ਨਾ ਮੇਰਾ ਫਰਜ਼ ਬਣਦਾ ਹੈ ਲੋਕਾਂ ਦੀ ਹੋਪ ਜੁੜੀ ਹੋਈ ਹੈ ਮੈਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੀ ਹਾਂ ਜੇ ਥੋੜ੍ਹਾ ਜਿਹਾ ਇਮੋਸ਼ਨਸ ਨਾਲ ਰਿਲੇਟ ਕਰਕੇ ਬੜਾ ਸੰਜੀਦਾ ਮੁੱਦਾ ਹੈ ਪੰਜਾਬ ਦੀ ਜਿਹੜੀ ਸਾਡੀ ਪਾਪੂਲੇਸ਼ਨ ਹੈ ਪੰਜਾਬ ਦੇ ਜਿਹੜੇ ਲੋਕ ਨੇ ਮੋਸਟ ਆਫ ਦਾ ਹਰ ਫੈਮਿਲੀ 'ਚੋਂ ਪਿੰਡਾਂ 'ਚੋਂ ਇੱਕ ਬੱਚਾ ਬਾਹਰ ਹੈ ਕਿਸੇ ਦੀ ਲੜਕੀ ਕਿਸੇ ਦਾ ਲੜਕਾ ਜੇ ਇਹ ਧੋਖੇ ਨਾਲ ਜੁੜ ਜਾਏਗਾ ਤਾਂ ਸਮਝ ਲਓ ਤੁਸੀਂ ਵੀ ਦੇਖੋ ਕਿ ਕਿੰਨੇ ਪਰਿਵਾਰ ਇਸ ਟਾਈਮ ਦੁੱਖ ਵਾਲੀ ਪੁਜੀਸ਼ਨ ਵਿੱਚ ਨੇ ਜੋ ਰੀਸੈਂਟਲੀ ਮਾਮਲਾ ਹੋਇਆ ਬਰਨਾਲਾ 'ਚ ਇੱਕ ਬੱਚੇ ਨੇ ਜਾਨ ਦਿੱਤੀ ਇੱਦਾਂ ਦੀਆਂ ਹੋਰ ਕੰਪਲੇਂਟਸ ਆ ਗਈਆਂ ਮੈਂ ਨਹੀਂ ਚਾਹੁੰਦੀ ਸਾਡੀ ਪੰਜਾਬ ਦੀ ਸਿਚੁਏਸ਼ਨ ਆਉਣ ਵਾਲੇ ਸਮੇਂ 'ਚ ਜਿਹੜਾ ਸਮਾਜਿਕ ਤਾਨਾ ਬਾਨਾ ਹੈ ਜਿਹੜੀ ਇੱਕ ਸਿਚੁਏਸ਼ਨ ਲਾਅ ਐਂਡ ਆਰਡਰ 'ਤੇ ਵੀ ਆ ਕੇ ਡਿਪੈਂਡ ਕਰਦੀ ਹੈ ਸਰਕਾਰਾਂ ਦਾ ਕੀ ਰੋਲ ਹੈ ਉਹ ਇੱਕ ਤਸਵੀਰ ਮੈਂ ਸਰਕਾਰ ਦੇ ਨਾਲ ਮਿਲ ਕੇ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਹੀ ਬਟ ਜਿੱਥੇ ਜਿੱਥੇ ਪੋਲੀਟੀਕਲ ਨੁਮਾਇੰਦੇ ਨੇ ਕਿਸੇ ਵੀ ਪਾਰਟੀ ਦੇ ਹੋਣ ਉਸ ਤਸਵੀਰ ਨੂੰ ਮੈਂ ਸਾਫ਼ ਕਰਨਾ ਚਾਹੁੰਦੀ ਹਾਂ ਜਿਹੜੀ ਧੁੰਦਲੀ ਹੈ ਮੇਰਾ ਕੰਸਰਨ ਹੈ ਇਹ ਕਿ ਜਿਹੜੀ ਪੰਜਾਬ ਦੀ ਧੀਆਂ ਨੇ
ਪੰਜਾਬ ਦਾ ਯੂਥ ਹੈ, ਸਮਾਂ ਇਹੋ ਜਿਹਾ ਹੈ ਉਸ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਜਾਏ, ਨਹੀਂ ਤਾਂ ਜਿਸ ਤਰ੍ਹਾਂ ਪੰਜਾਬ ਸਫ਼ਰ ਕੀਤਾ ਹੈ, ਪੰਜਾਬ ਨੇ ਜਿਹੜਾ ਮੈਂ ਟਾਈਮ ਟੂ ਟਾਈਮ ਕਹਿੰਦੀ ਰਹਿੰਦੀ ਹਾਂ, ਉਸ ਸਿਚੁਏਸ਼ਨ ਨੂੰ ਆਪਾਂ ਇਸ ਸਿਚੁਏਸ਼ਨ ਨੂੰ ਹੁਣ ਸੰਭਾਲੀਏ। ਇਹੋ ਜਿਹੇ ਮੁੱਦਿਆਂ 'ਤੇ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋ ਕੇ ਇੱਕ ਏਜੰਡਾ ਬਣਾਉਣਾ ਚਾਹੀਦਾ। ਜੇ ਕਮਿਸ਼ਨ ਦੀ ਚੇਅਰਪਰਸਨ ਇੱਕ ਲੇਡੀ, ਚਲੋ ਲੇਡੀ ਹੀ ਬਣਦੀ ਹੈ, ਉਹ ਇਨੀਸ਼ੀਏਟਿਵ ਲੈ ਰਹੀ ਹੈ, ਉਹਦਾ ਕੰਸਰਨ ਹੈ, ਮੈਨੂੰ ਲੱਗਦਾ ਹੈ ਹਰ ਜ਼ਿਲ੍ਹੇ ਦੇ ਵਿੱਚ ਪਰਿਵਾਰ ਨੇ, ਬੱਚੇ ਨੇ, ਪੋਲੀਟੀਕਲ ਨੁਮਾਇੰਦਿਆਂ ਨੂੰ ਸੰਜੀਦਾ ਮੁੱਦਾ ਹੈ। ਇਕੱਠੇ ਮਿਲ ਕੇ ਸਰਕਾਰ ਨਾਲ ਮਿਲ ਕੇ ਤੁਸੀਂ ਕ੍ਰਿਟੀਸਾਈਜ਼ ਕਰੋ, ਡੈਮੋਕ੍ਰੇਸੀ ਹੈ, ਹੋਰ ਮੁੱਦਿਆਂ 'ਤੇ ਕਰੋ, ਪਰ ਇਹ ਜਿਹੜਾ ਮੁੱਦਾ ਹੈ ਇਹਦੇ 'ਤੇ ਪੋਲੀਟਿਕਸ, ਰਾਜਨੀਤੀ ਨਹੀਂ ਹੋਣੀ ਚਾਹੀਦੀ। ਕਿਆ ਮੈਂ ਕਮਿਸ਼ਨ ਦੀ ਚੇਅਰਪਰਸਨ ਹੋ ਕੇ ਕਦੇ ਵੀ ਕਿਸੇ ਨੂੰ ਪੁੱਛਿਆ ਤੁਸੀਂ ਕਿਸੇ ਪਾਰਟੀ ਤੋਂ ਮੈਨੂੰ ਬਣਾਇਆ? ਕਾਂਗਰਸ ਪਾਰਟੀ ਨੇ ਹੀ, ਸਰਕਾਰ ਹੀ ਅਪੁਆਇੰਟ ਕਰਦੀ ਹੈ, ਪਰ ਮੈਂ ਕਦੀ ਜਦੋਂ ਮੈਂ ਚੇਅਰ 'ਤੇ ਬੈਠ ਗਈ ਮੈਂ ਕਦੀ ਕਿਸੇ ਨੂੰ ਨਹੀਂ ਪੁੱਛਿਆ, ਮੇਰੇ ਲਈ ਸਭ ਬਰਾਬਰ ਨੇ। ਅੱਜ ਵੀ ਮੈਨੂੰ ਹੋਰ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਕਿ ਲੀਡ ਦੇਖ ਰਹੇ ਨੇ, ਹਲਕਿਆਂ ਨੂੰ ਦੇਖ ਰਹੇ ਨੇ, ਅੱਜ ਉਹ ਕੰਪਲੇਂਟਸ ਲੈ ਕੇ ਆਏ, ਅਤੇ ਮੈਂ ਕਰ ਰਹੀ ਹਾਂ, ਸਭ ਦੀ ਹੈਲਪ ਕਰ ਰਹੀ ਹਾਂ। ਕੰਸਰਨ ਇੰਨਾ ਹੀ ਹੈ ਕਿ ਜਿਹੜਾ ਹੁਣ ਇਹ ਸੰਜੀਦਾ ਮੁੱਦਾ ਹੈ, ਆਉਣ ਵਾਲੇ ਸਮੇਂ 'ਚ ਇੱਕ ਵੱਡੀ ਪੂਰੀ ਸਟੇਟ ਲੈਵਲ ਦੀ NRI ਸੈੱਲ ਦੇ ਇੰਚਾਰਜ ਬੁਲਾਏ ਜਾਣਗੇ, ਮੀਟਿੰਗ ਕੀਤੀ ਜਾਏਗੀ, ਸਰਕਾਰ ਨਾਲ ਗੱਲ ਕੀਤੀ ਜਾਏਗੀ, ਕੁਛ ਨਵੇਂ ਸੁਝਾਅ ADGP ਮੈਨੂੰ ਦੇ ਕੇ ਗਏ ਨੇ, ਉਹਨਾਂ ਦੇ ਨਾਲ ਮਿਲ ਕੇ ਕੁਛ ਸਾਡੀਆਂ ਸੁਜੈਸ਼ਨਸ ਨੇ, DG ਸਾਹਿਬ ਨਾਲ ਗੱਲ ਕਰਕੇ ਆਪਾਂ ਇਹਨੂੰ ਇੰਪਲੀਮੈਂਟ ਕਰਾਂਗੇ। ਜੋ ਨਵੀਆਂ ਸੁਜੈਸ਼ਨਸ ਨੇ, ਜਿੱਥੇ ਪਕੜ ਬਣਾਈ ਜਾ ਸਕਦੀ ਹੈ, ਜਿੱਥੇ ਸਾਨੂੰ ਲੱਗਦਾ ਹੈ ਕਿ ਸਰਕਾਰ ਦੇ ਨੁਮਾਇੰਦੇ ਢਿੱਲਾ ਕੰਮ ਕਰ ਰਹੇ ਨੇ ਜਾਂ ਕੋਈ ਮਾੜਾ ਕੰਮ ਕਰ ਰਹੇ ਨੇ, ਕਮਿਸ਼ਨ ਆਪਣੇ ਸਹਿਯੋਗ ਨਾਲ ਉੱਥੇ ਸਖਤੀ ਵਰਤੇਗਾ, ਔਰ ਕਮਿਸ਼ਨ ਦੀ ਨਜ਼ਰ ਰਹੇਗੀ, ਕੰਸਰਨ ਯੂਥ ਨੂੰ ਲੈ ਕੇ ਹੈ, ਪੰਜਾਬ ਦੀ ਬੱਚੀਆਂ ਨੂੰ ਲੈ ਕੇ। ਮਨੀਸ਼ਾ ਮੈਮ, ਅੱਜ ਜਿਹੜੀ ADGP ਸਾਹਿਬ ਨਾਲ ਤੁਹਾਡੀ ਮੀਟਿੰਗ ਹੋਈ ਹੈ, ਕਿਉਂਕਿ ਉਹਨਾਂ ਨੇ ਵੀ ਇੱਕ ਡਾਟਾ ਦਿੱਤਾ ਸੀਗਾ 2019-20-21 ਕੇਸਿਸ ਵਧੇ ਨੇ, ਉਹਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਮਾਮਲੇ ਵੀ ਦਰਜ ਹੋਏ ਨੇ, ਲੇਕਿਨ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਬਹੁਤ ਵੱਡੀ ਹੁੰਦੀ, ਸਾਰੀ ਚੀਜ਼ਾਂ ਦੇਖਣੀ ਹੁੰਦੀ, ਲੇਕਿਨ ਮਾਮਲੇ ਲਗਾਤਾਰ ਵਧਦੇ ਜਾ ਰਹੇ ਆ, ਓਬਵੀਅਸਲੀ ਤੁਹਾਡੇ ਕੋਲ ਵੀ ਲਵਪ੍ਰੀਤ ਤੋਂ ਬਾਅਦ ਕਈ ਇਸ ਤਰ੍ਹਾਂ ਦੇ ਮਾਮਲੇ ਆਏ, ਤੁਹਾਨੂੰ ਲੱਗਦਾ ਕਿ ਇੱਕ ਸ਼ੋਰਟ ਟਾਈਮ ਹੈ, PM ਟਰੂਡੋ ਨੂੰ ਵੀ ਤੁਸੀਂ ਮੇਲ ਵੀ ਉਹਨਾਂ ਦਾ ਰਿਪਲਾਈ ਆਇਆ, ਤੁਹਾਨੂੰ ਲੱਗਦਾ ਕਿ ਇੱਕ ਸ਼ੋਰਟ ਟਰਮ ਇਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ? ਦੇਖੋ, ਸ਼ੋਰਟ ਟਰਮ ਕਿਸ ਦੀ, ਕੀ ਚੁਣਾਵ ਸਿਰ ਤੇ ਨੇ ਕੰਸਰਨ ਐਵੇਂ ਤੁਹਾਡਾ ਕਹਿਣ ਦਾ, ਇਹ ਕਹਿ ਰਹੇ ਹੋ? ਨਹੀਂ, ਇਹ ਜਿਹੜੀ ਚੀਜ਼ਾਂ ਮੈਂ, ਇਹ ਇਲੈਕਸ਼ਨ ਨੂੰ ਲੈ ਕੇ ਨਹੀਂ ਹੈ, ਜਿਹੜੀ ਇਹ ਸਾਰੀ ਚੀਜ਼ਾਂ ਜਿਹੜੇ ਚੀਟਿੰਗ ਤੁਸੀਂ ਕੰਟੈਕਟ ਮੈਰਿਜ ਦੀ ਗੱਲ ਕੰਸਰਨ ਜਿਹੜਾ ਦਿਖਾ ਰਹੇ ਹੋ ਕਿ ਹੋਰ ਬਾਹਰ ਦੀ ਗਵਰਨਮੈਂਟਸ ਨਾਲ। ਹਾਂ, ਦੇਖੋ, ਇਹ ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਿਹੜੀ ਇਹ ਆਪਾਂ, ਜਿਵੇਂ ਹੁਣ ਆਪਾਂ ਐਗਜ਼ਾਮਪਲ ਲੈ ਲਈਏ ਬਰਨਾਲੇ ਵਾਲਾ, ਬੱਚੇ ਨੇ ਸੁਸਾਈਡ ਕੀਤਾ, ਜਦ ਤੱਕ ਹਾਲੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਸਾਡੀ ਏਜੰਸੀ ਪੁਲਿਸ ਹੀ ਹੈ, ਹੁਣ ਜਿਹੜੀ ਇਹਦੀ ਜਾਂਚ ਹੈ ਨਾ ਉਹ ਵੱਡੇ ਪੱਧਰ 'ਤੇ ਹੋਣੀ ਚਾਹੀਦੀ ਹੈ, ਚੀਜ਼ਾਂ ਬਾਹਰ ਆਉਣੀ ਚਾਹੀਦੀਆਂ ਨੇ। ਉਸ ਤੋਂ ਬਾਅਦ ਜਿਹੜੀ ਬਾਹਰੋਂ ਲੜਕੀ ਨੂੰ ਵਾਪਿਸ ਬੁਲਾਉਣ ਦੀ ਪ੍ਰਕਿਰਿਆ ਹੈ ਨਾ, ਉਹ ਕਮਿਸ਼ਨ ਨੇ ਨਹੀਂ ਕਰਨੀ, ਇਹ ਲੋਕਾਂ ਨੂੰ ਸਮਝਣਾ ਪਏਗਾ। ਕਮਿਸ਼ਨ ਕੋਈ ਜਜਮੈਂਟ ਨਹੀਂ ਇਹਦੇ 'ਚ ਦੇ ਸਕਦਾ, ਬਟ ਸਰਕਾਰ ਨੂੰ ਇੰਸਟਰਕਸ਼ਨਸ ਦੇ ਸਕਦਾ, ਜੋ ਕਮਿਸ਼ਨ ਦਾ ਰੋਲ ਹੈ। ਸਰਕਾਰ ਆਪਣੇ ਪੱਧਰ 'ਤੇ ਸਟੇਟ ਗਵਰਨਮੈਂਟ ਇਨੀਸ਼ੀਏਟਿਵ ਲੈ ਕੇ, ਕਿਉਂਕਿ ਇਹ ਇੱਕ ਲਵਪ੍ਰੀਤ ਨਹੀਂ ਹੈ, ਇਹੋ ਜਿਹੇ ਹਜ਼ਾਰੋਂ ਕੇਸ ਪਏ ਹੋਏ ਨੇ, ਹਜ਼ਾਰੋਂ ਲੜਕੀਆਂ ਦੇ ਕੇਸ ਪਏ ਹੋਏ ਨੇ, ਸਟੇਟ ਗਵਰਨਮੈਂਟ ਭਾਰਤ ਸਰਕਾਰ ਨੇ ਲਿਖੇ, ਸਾਰੀ ਕੰਟਰੀਜ਼ ਦੀ ਇੰਡੀਅਨ ਗਵਰਨਮੈਂਟ ਦੇ ਨਾਲ ਇੱਕ ਡਾਕੂਮੈਂਟ ਸਾਈਨ ਹੋਇਆ ਹੁੰਦਾ, ਜੋ ਸਾਨੂੰ ਟਰੂਡੋ ਜੀ ਨੇ ਵੀ ਜਵਾਬ ਦਿੱਤਾ, ਹਾਲੇ ਜਿਹੜਾ ਮੇਨ ਜਵਾਬ ਹੈ ਅੱਗੋਂ ਉਹਨਾਂ ਨੇ ਜਿਹੜੀ ਗਵਰਨਮੈਂਟ ਨੂੰ ਰੈਫਰ ਕੀਤਾ, ਜਵਾਬ ਹਾਲੇ ਆਉਣਾ ਹੈ। ਪਰ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਬਾਹਰ ਦੀ ਫੋਰਨ ਗਵਰਨਮੈਂਟਸ ਨੇ ਨਾ, ਦੇ ਪੀਪਲ ਆਰ ਵੈਰੀ ਸਮਾਰਟ, ਬਹੁਤ ਇੰਟੈਲੀਜੈਂਟ ਨੇ, ਸਾਡੀ ਪੰਜਾਬ ਦੀ ਕਮਿਊਨਿਟੀ ਬਹੁਤ ਉੱਥੇ ਜਾ ਕੇ ਰੈਵਨਿਊ ਕ੍ਰੀਏਟ ਕਰ ਰਹੀ ਹੈ ਆਪਣੇ ਪੱਧਰ 'ਤੇ। ਜਦੋਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਸੈਂਸਿਟਿਵ ਮੁੱਦਾ ਹੈ, ਇਹ ਨਹੀਂ ਕਿ ਸਾਡੇ ਲੈਟਰ ਨੇ ਉਹਨਾਂ ਦਾ ਧਿਆਨ ਨਹੀਂ ਦਿਲਾਇਆ, ਸੈਕਿੰਡਾਂ 'ਚ ਉਹਨਾਂ ਨੂੰ ਟਰੂਡੋ ਜੀ ਨੂੰ ਗੱਲ ਸਮਝ 'ਚ ਆ ਗਈ ਹੋਣੀ ਹੈ ਕਿ ਕਿਸ ਕੰਸਰਨ 'ਚ ਆਇਆ। ਇਨੀਸ਼ੀਏਟਿਵ ਲਿੱਤਾ ਜਾ ਸਕਦਾ, ਪਰ ਜਦੋਂ ਸੈਂਟਰਲ ਗਵਰਨਮੈਂਟ ਪ੍ਰੈਸ਼ਰ ਬਣਾਏ, ਇੱਥੇ ਭਾਰਤ ਸਰਕਾਰ ਦਾ ਬਹੁਤ ਵੱਡਾ ਧਿਆਨ ਦੇਣ ਦੀ ਲੋੜ ਹੈ। ਸੰਜੀਦਾ ਮੁੱਦਾ ਸਾਡੇ ਪੰਜਾਬ ਦੇ ਨਾਲ ਨਾਲ ਆਂਧਰਾ, ਬੜੀ ਸਾਰੀ ਹੋਰ ਸਟੇਟ 'ਚੋਂ ਮੈਂ ਪੜ੍ਹਦੀ ਰਹਿੰਦੀ ਹਾਂ, ਬੱਚਾ ਬਾਹਰ ਹੈ, ਔਰ ਇਹ ਸਿਰਫ ਇਹ ਤਾਂ ਚਲੋ ਆਪਾਂ, ਮੀਡੀਆ ਦਾ ਬਹੁਤ ਵੱਡਾ ਇਹਦੇ 'ਚ ਰੋਲ ਹੈ ਕਿ ਅੱਜ ਦੀ ਜਿਹੜੇ ਸਾਡੇ ਯੰਗਸਟਰ ਹੈ, ਮੀਡੀਆ ਹੈ, ਇਹ ਬਹੁਤ ਕੰਸਰਨ ਹੈ। ਪਹਿਲੇ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ, ਇਹ ਜਿਹੜੀ ਲੜਕੀਆਂ ਸਫ਼ਰ ਕਰ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਕਿ ਅੱਜ ਹੀ ਮਹੀਨਿਆਂ 'ਚ ਜਾਂ ਸਾਲ ਦੋ ਸਾਲ 'ਚ ਮੁੱਦੇ ਕੱਟ ਨਹੀਂ ਹੋਏ? ਇਹ ਸਾਲੋ ਦਰ ਸਾਲੋਂ ਬੱਚੀਆਂ ਦੇ ਜਿਹੜੇ ਕੰਸਰਨ, ਅੱਜ ਦੇ ਯੰਗਸਟਰ ਬੱਚੇ ਨੇ ਜਿਹੜੇ, ਉਹਨਾਂ ਦਾ ਇੱਕ ਕੰਸਰਨ ਹੈ ਕਿ ਸਾਡਾ ਜਿਹੜਾ ਪੰਜਾਬ ਹੈ, ਕੋਈ ਨਾ ਕੋਈ ਕਿਸੇ ਨਾ ਕਿਸੇ ਦੇ ਨਾਲ ਜੁੜਿਆ ਹੋਇਆ ਇਮੋਸ਼ਨਲੀ। ਤੁਹਾਡਾ ਵੀ ਜੋ ਕੰਸਰਨ ਹੈ, ਮੇਰਾ ਵੀ ਕੰਸਰਨ ਹੈ ਕਿ ਜਦ ਤੱਕ ਕਰ ਰਹੇ ਹਾਂ ਆਪਾਂ ਇਸ ਚੀਜ਼ ਨੂੰ ਬਾਹਰ ਲੈ ਕੇ ਆਈਏ, ਸਾਡਾ ਪੰਜਾਬ ਚਮਕਦਾ ਪੰਜਾਬ ਫਿਰ ਤੋਂ ਬਣੇ। ਮੈਡਮ, ਇੱਕ ਤਾਂ ਸਾਨੂੰ ਨਹੀਂ ਲੱਗਦਾ ਵੀ ਜਿਹੜੀ ਇਨਵੈਸਟੀਗੇਸ਼ਨ ਹੈ ਪੁਲਿਸ ਵੱਲੋਂ, ਜਿਹੜੀ ਇਨਵੈਸਟੀਗੇਸ਼ਨ ਹੈ ਜਾਂ
ਸਾਡੇ ਵੱਲੋਂ ਜਿਹੜੀ ਕਾਰਵਾਈ ਆ ਉਹ ਟਾਈਮ ਫਰੇਮ ਹੋਣੀ ਚਾਹੀਦੀ ਹੈ ਜਦੋਂ ਕੰਪਲੇਂਟ ਆ ਗਈ ਸਾਡੇ ਵੱਲੋਂ दर्द नजर आया मेरा कंसर्न कि मेरे को कंप्लेंट्स आ चुकिया मेनू सी 100 वाली कंप्लेंट हजारा च ना बन जाए क्योंकि अगे ऑलरेडी लड़कियां सफर कर रही ने संजीदा मुद्दा है इस तरफ सरकार नू ध्यान देना पड़ेगा बार मुख्यमंत्री साहब दे ध्यान विच मैटर आ चुका है मैनु पूरी उम्मीद है पर जिहड़ा कानून बनना है या उधरो वापसी करानी है चाहे मुंडा होए चाहे कुड़ी होए वो भारत सरकार दे अंडर है स्टेट गवर्नमेंट भारत सरकार ते प्रेशर बना चुकी सकती है और बनाएगी भी कि साड़ी स्टेट दे बच्चे साड़े परिवार सफर कर रहे ने पर कानूनी प्रक्रिया लंबी जरूर है पर औखा कुछ नहीं क्योंकि देखो विदेश जाना कोई बुरी गल नहीं है सपना देखना हर परिवार चाहता है कि अपने बच्चों नू सफल होंदे सक्सेस मिलती पर जड़ा एक रस्ता है वो ट्रैवल एजेंट और इमीग्रेशन वाले अपा सरकार नू लिखा सी उम्मीद है मैनू कुछ पता चलिया कि सरकार इस दिशा च काम भी कर रही उम्मीद है आने वाले टाइम च जड़े लोग हर फील्ड च परफेक्शन किसी चीज नहीं कुछ अच्छा भी काम कर रहे ने कुछ हुंदा मिसयूज भी कर रहे ने ते उम्मीद है बन जाएगा जी राय साहब ने की गल बोली जी दे विच पेरेंट्स भी दे विच तुसी दोषी मानदे हो कितना ना कितने जां जेड़े सरकारी अधिकारी ने जेड़ियां मैरिजेस करवांदे ने क्योंकि उन्हां नूं पता ही हुंदा कि जेड़े लोग गवाही भरदे ने ते ये सारा कुछ इहदे च सारे इनवॉल्व ने सारे दे खिलाफ कोई ना कोई एक्शन लेना चाहिए देखो जेड़ी गुरुद्वारे च शादियां हुंदियां ने ना हुण ते एक कानून आया सी उन्दे विच सरकार ने भारत सरकार ने ही उन्हां दी वैबसाइट ते है कि रजिस्टर्ड होनी चाहिए पर मेन कंसर्न है लोग किन्ना को कंसर्न दिखाते हैं पिंड इस चीज़ नू किन्ना को समझते हैं कि यह साढ़े लिए मैनू तो लगता मैं तो एक सजेशन भी दी सी कि जो विआह हुंदा है फेरे तो लावा दरबार साहब विच हुंदियां ने पिंड दे लगदे थाने च रजिस्ट्रेशन जिहड़ा सर्टिफिकेट है उत्थे भी मुंडे दा पासपोर्ट कुड़ी दा पासपोर्ट सारे डाकूमेंट उत्थे भी सरपंच लैवल तो लैके जमा होने चाहिए ने दरबार साहब विच भी ते इस चीज नूं इस तरह करके थोड़ा जिहा पुख्ता एक कदम ते चुकने चाहिए ने पर कंसर्न इहो है कि परिवार किन्ना कु ए पेन लेना चाहुंदे ने लोकी देखो अज लवप्रीत दा मैटर होया महीने च लोकां ने भुल जाना फिर लोकी इस तरफ बच्चियां दी छोटी एज शादी ते अवेयर अपा भी एक मीडिया और कमीशन जिहड़ा समाजिक ताना वाना एक हद तक ही ठीक कर सकदे मैडम हुण तक ये डाटा निकल पाया भी किन्ना यूथ या किन्ने लड़के लड़कियां बाहर जा रहे ने हर साल कोई ये मेरा डाटा हैगा वैसे देखो ये पूजा ये वाला डाटा तो अनु एनआरआई सेल तो ही मिलेगा ਸਾਡੇ ਕੋਲ ਜਿਹੜਾ ਕਮਿਸ਼ਨਸ ਕੋਲ ਇਹ ਲਵਪ੍ਰੀਤ ਵਾਲੀਆਂ ਜਿਹੜੀਆਂ ਸਾਡੇ ਕੋਲ ਕੰਪਲੇਂਟਸ ਨੇ ਆਪਾਂ ਤੁਹਾਨੂੰ ਕੱਲ੍ਹ ਦਾ ਡਾਟਾ ਦੇ ਦਾਂਗੇ ਲੜਕੀਆਂ ਦੇ ਵੀ ਆਲਰੇਡੀ ਸਾਡੇ ਕੋਲ ਬਹੁਤ ਕੰਪਲੇਂਟਸ ਨੇ ਆਪਾਂ ਉਹ ਐਨਆਰਆਈ ਸੈੱਲ ਜੋ ਕਿ ਇਹਨਾਂ ਪਰਟੀਕੂਲਰ ਮੈਟਰਸ ਨੂੰ ਦੇਖਦਾ ਆਪਾਂ ਉਹਨਾਂ ਨੂੰ ਵੇਵ ਫਾਰਵਰਡ ਕਰ ਦਿੰਦੇ ਹਾਂ ਪਰ ਆਉਣ ਵਾਲੇ ਟਾਈਮ ਵਿੱਚ 15 ਅਗਸਤ ਤੋਂ ਬਾਅਦ ਇਹ ਮੀਟਿੰਗ ਹੋਣੀ ਹੈ ਤੇ ਉਹਦੇ 'ਚ ਤੁਹਾਨੂੰ ਸਾਰਿਆਂ ਨੂੰ ਵੀ ਆਪਾਂ ਦੱਸਾਂਗੇ ਕਿ ਮੀਟਿੰਗ ਦਾ ਕਨਕਲੂਜਨ ਨਿਕਲ ਕੇ ਇਹਦੇ ਨਾਲ ਹੀ ਮੈਡਮ ਇੱਕ ਜਿਹੜੀ ਕੁਝ ਮਹਿਲਾ ਜਿਹੜੀਆਂ ਕਿਸੇ ਨਾਲ ਕੋਈ ਅਤਿਆਚਾਰ ਹੁੰਦਾ ਜਾਂ ਕੁਝ ਐਵੇਂ ਦੀ ਗੱਲ ਹੁੰਦੀ ਹੈ ਤਾਂ ਥਰੂ ਮੀਡੀਆ ਜਾਂ ਥਰੂ ਕੰਪਲੇਂਟ ਤੁਹਾਡੇ ਕੋਲੋਂ ਪਰ ਕਈ ਕੇਸਿਸ ਅਜਿਹੇ ਵੀ ਨੇ ਨਾ ਉਹ ਆਪਣੀ ਮਤਲਬ ਇਹ ਨਾ ਹੋਵੇ ਵੀ ਆਪਣੀ ਬੇਇੱਜ਼ਤੀ ਸਮਝਦੇ ਨੇ ਜਾਂ ਕੁਝ ਸਮਝਦੇ ਨੇ ਵੀ ਉਹ ਮੀਡੀਆ ਦੇ ਵਿੱਚ ਨਾ ਤਾਂ ਜਾਂਦੇ ਨੇ ਨਾ ਉਹਦੀ ਕੰਪਲੇਂਟ ਕਰਦੇ ਆ ਉਹਨਾਂ ਵਾਸਤੇ ਤੁਹਾਡੇ ਵੱਲੋਂ ਕੁਝ ਕੀਤਾ ਜਾ ਰਿਹਾ ਜੀ ਦੇਖੋ ਉਹ ਬਹੁਤ ਸਾਰੀਆਂ ਫੈਮਿਲੀਜ਼ ਆਈ ਹੋਈ ਨੇ ਜਿਹੜੇ ਆਪਣੇ ਲਈ ਆਵਾਜ਼ ਨਹੀਂ ਚੁੱਕਣਾ ਚਾਹੁੰਦੇ ਇਹ ਦੇਖਣਾ ਪਏਗਾ ਦੇਖੋ ਇੱਕ ਲੜਕੀ ਨੇ ਮੈਨੂੰ ਅੱਜ ਸਵੇਰੇ 6 ਵਜੇ ਅਮਰੀਕਾ ਤੋਂ ਫੋਨ ਕੀਤਾ ਮੈਂ ਵਟਸਐਪ ਚੈੱਕ ਕਰ ਲਈ ਸੀ ਅਰਲੀ ਮਾਰਨਿੰਗ ਉੱਠ ਕੇ ਆਪਣਾ ਜਿਹੜਾ ਆਫੀਸ਼ੀਅਲ ਫੋਨ ਤੋਂ ਉਹ ਲੜਕੀ ਨੇ ਉੱਧਰ ਕੇਸ ਲੜ ਰਹੀ ਹੈ ਅਮਰੀਕਾ 'ਚ ਉਹਦਾ ਇੱਕ ਬੱਚਾ ਉਹਦੇ ਹਸਬੈਂਡ ਨੇ ਉਹਦੇ ਨਾਲ ਚੀਟ ਕੀਤਾ ਲੜਕੀ ਨੇ ਮੁੰਡੇ ਨੂੰ PR ਲੈ ਕੇ ਦਿੱਤੀ PR ਮਿਲਣ ਤੋਂ ਬਾਅਦ ਇੰਡੀਅਨ ਨੇ ਦੋਨੋਂ ਪੰਜਾਬ ਦੀ ਬੱਚੀ ਹੈ ਚੀਟ ਕਰਤਾ ਉਹਨੂੰ ਛੱਡ ਕੇ ਚਲਾ ਗਿਆ ਪਹਿਲੇ ਤੋਂ ਇੰਨਾ ਰੋਈ ਮੇਰੇ ਨਾਲ ਕਿਉਂਕਿ ਉਹਨੂੰ ਕਾਨੂੰਨ ਬਾਰੇ ਪੂਰੀ ਨੌਲੇਜ ਸੀ ਇਹ ਹੁਣ ਕੋਰਟ ਵਿੱਚ ਕੇਸ ਹੈ ਕਮਿਸ਼ਨ ਇਹਦੇ 'ਚ ਮੇਰੀ ਹੈਲਪ ਨਹੀਂ ਕਰ ਪਾਏਗਾ ਪਰ ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੀ ਸੀ ਉਹਨੇ ਮੈਨੂੰ ਵੀ ਇਮੋਸ਼ਨਲ ਕਰਤਾ ਜੋ ਉਹਨੇ ਆਪਣੀ ਕਹਾਣੀ ਸੁਣਾਈ ਮੈਂ ਵੀ ਉਹਦੇ ਨਾਲ ਕੁਝ ਸ਼ੇਅਰ ਕੀਤਾ ਕਿ ਮੈਂ ਤੇ ਆਪ ਬਹੁਤ ਪਰੇਸ਼ਾਨ ਹਾਂ ਇਹ ਕੰਸਰਨ ਨੂੰ ਲੈ ਕੇ ਇਮੀਡੀਏਟਲੀ ਜਦੋਂ ਮੈਂ ਉਹਨੂੰ ਦੱਸਿਆ ਕਿ ਸਾਡੇ ਕੋਲ ਇੰਨੀਆਂ ਜ਼ਿਆਦਾ ਕੰਪਲੇਂਟਸ ਨੇ
ਉਹਨੇ ਮੈਨੂੰ ਮੋਟੀਵੇਟ ਕਰਨਾ ਸ਼ੁਰੂ ਕਰਤਾ ਕਿ ਮੈਂ ਆਪਣੀ ਲੜਾਈ ਕਿਸ ਤਰ੍ਹਾਂ ਲੜੀ ਹੈ। ਮੈਂ ਬੱਚੀ ਨੂੰ ਕਿਹਾ ਮੈਂ ਤੇਰੇ ਨਾਲ ਇੱਕ ਸੈਸ਼ਨ ਕਰਨਾ ਚਾਹੁੰਦੀ ਹਾਂ ਕਿ ਤੂੰ ਲੋਕਾਂ ਨੂੰ ਇੰਸਪਾਇਰ ਕਰੇਂਗੀ, ਬਹੁਤ ਅੱਛਾ ਲੱਗਾ। ਉਹ ਕਹਿੰਦੇ ਹਜ਼ਾਰੋਂ ਇੱਥੇ ਬੱਚੇ ਇੱਦਾਂ ਦੇ ਨੇ, ਕੁੜੀਆਂ ਵੀ ਔਰ ਮੁੰਡੇ ਵੀ। ਇਹ ਡਿਪੈਂਡ ਕਰਦਾ ਲੋਕੀ ਆਪਣੇ ਦੁੱਖ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ। ਲੋਕੀ ਜੇ ਇਹ ਸੋਚੀ ਜਾਣਗੇ ਕਿ ਸਾਡੀ ਇਨਸਲਟ ਹੋ ਰਹੀ ਹੈ ਜਾਂ ਕੁਛ ਹੋ ਰਿਹਾ, ਜਦ ਤੱਕ ਤੁਸੀਂ ਸ਼ੇਅਰ ਨਹੀਂ ਕਰੋਗੇ, ਸਾਡੇ ਤੱਕ ਨਹੀਂ ਪਹੁੰਚੋਗੇ, ਪੁਲਿਸ ਤੱਕ ਨਹੀਂ ਪਹੁੰਚੋਗੇ, ਕਦੀ ਤੇ ਜਸਟਿਸ ਮਿਲੇਗਾ, ਕਿੱਥੋਂ ਤੇ ਮਿਲੇਗਾ? ਇੱਕ ਉਮੀਦ ਤੇ ਰੱਖਣੀ ਪਏਗੀ। ਮੈਮ ਅੱਜ ਤੁਸੀਂ ਮੀਟਿੰਗ ਕੀਤੀ ਹੈ ਐਨਆਰਆਈ ਸੈੱਲ ਦੇ ਨਾਲ, ਤਾਂ ਅੱਗੇ ਤਾਲਮੇਲ ਦੋਵਾਂ ਦੇ ਵਿਚਕਾਰ ਬਿਹਤਰ ਹੋ ਸਕੇ, ਚੀਜ਼ਾਂ ਫਾਸਟ ਟਰੈਕ ਹੋ ਸਕਣ, ਉਸ ਨੂੰ ਲੈ ਕੇ ਕੀ ਚਰਚਾਵਾਂ ਕੁਛ ਹੋਈਆਂ ਨੇ? ਦੇਖੋ ਇਹ ਤੁਹਾਨੂੰ ਸਟਾਰਟਿੰਗ ਵਿੱਚ ਇਹੋ ਦੱਸਿਆ ਕਿ ਏਡੀਜੀ ਸਾਹਿਬ ਨਾਲ ਗੱਲ ਕੀਤੀ ਹੈ, ਕੁਛ ਸੁਜੈਸ਼ਨਸ ਉਹਨਾਂ ਦੀਆਂ ਸਨ ਕਿ ਆਪਾਂ ਕੀ ਕਰ ਸਕਦੇ ਹਾਂ, ਕਿਉਂਕਿ ਉਹ ਐਨਆਰਆਈ ਸੈੱਲ ਹੀ ਦੇਖ ਰਹੇ ਨੇ ਤੇ ਸਾਡੀਆਂ ਵੀ ਉਹਨਾਂ ਨੂੰ ਕੁਛ ਸੁਝਾਅ ਦਿੱਤੇ ਗਏ ਕਿ ਆਪਾਂ ਇਹਨੂੰ ਸਿਚੁਏਸ਼ਨ ਨੂੰ ਕੰਟਰੋਲ ਕਰ ਸਕਦੇ ਹਾਂ। ਮੈਂ ਥੋੜ੍ਹੇ ਜਿਹੇ ਉਹਨਾਂ ਨੂੰ ਆਈਡੀਆਜ਼ ਦਿੱਤੇ ਨੇ ਤੇ ਦੋਨੋਂ ਮਿਲ ਕੇ ਇੱਕ ਦੂਸਰੇ ਨਾਲ ਮਿਲ ਕੇ ਕੰਮ ਕਰਾਂਗੇ। ਆਉਣ ਵਾਲੇ ਸਮੇਂ 15 ਤਰੀਕ ਤੋਂ ਬਾਅਦ ਮੀਟਿੰਗ ਕੀਤੀ ਜਾਏਗੀ ਹਾਈ ਲੈਵਲ ਦੀ ਪੂਰੇ ਪੰਜਾਬ ਦੀ। ਉਮੀਦ ਹੈ ਕਿ ਕੁਛ ਬਹੁਤ ਕੁਛ ਬੈਟਰ ਨਿਕਲ ਕੇ ਆਏ। ਥੈਂਕ ਯੂ। ਕੇਸ ਤੋਂ ਬਾਅਦ ਕਈ ਮਾਮਲੇ ਤੁਹਾਡੇ ਸਾਹਮਣੇ ਆ, ਮੋਸਟਲੀ ਪੰਜਾਬ ਦੇ ਜਿਹੜੇ ਤੁਸੀਂ, ਕਿੰਨੇ ਇੱਕ ਮਾਮਲੇ ਲਵਪ੍ਰੀਤ ਕੇਸ ਤੋਂ ਬਾਅਦ, ਕਿਉਂਕਿ ਇਹ ਹਾਈਲਾਈਟ ਹੋਇਆ ਸੀਗਾ ਕੇਸ? ਦੇਖੋ ਮਨੋਜ, ਡੇਲੀ ਆ ਰਹੇ ਨੇ ਮੇਰੇ ਕੋਲ, ਡੇਲੀ ਹੀ ਇੱਦਾਂ ਦੇ ਮਾਮਲੇ, ਰੋਜ਼ ਹੀ ਕੰਪਲੇਂਟਸ ਆ ਰਹੀਆਂ ਨੇ। ਬਹੁਤ ਸਾਰੇ ਲੋਕ ਪ੍ਰੋਪਰਟੀ ਤੇ ਜਿਹੜੇ ਸਿਵਲ ਕੋਰਟ ਹੀ ਸਿਰਫ ਦੇਖਦਾ, ਮੈਂ ਪ੍ਰੋਪਰਟੀ ਦੇ ਮੈਟਰ ਨਹੀਂ ਦੇਖ ਸਕਦੀ। ਕੋਰਟ ਦੇ ਮੈਟਰ ਲੋਕ ਬਹੁਤ ਲੈ ਕੇ ਆ ਰਹੇ ਨੇ, ਕੋਰਟ ਕੇਸਿਸ ਜਿਹੜੇ ਮਾਨਯੋਗ ਕੋਰਟ ਹੀ ਦੇਖਦੇ ਨੇ, ਕਮਿਸ਼ਨ ਨਹੀਂ ਦੇਖ ਸਕਦਾ। ਤੇ ਲੋਕਾਂ ਵਿਚਾਰੇ ਪਿੰਡ ਦੇ ਭੋਲੇ ਵਾਲੇ ਲੋਕਾਂ ਨੂੰ ਇਹ ਨਹੀਂ ਪਤਾ ਤੇ ਕੋਰਟ ਕੇਸ ਆਉਣ ਵਾਲੇ ਸਮੇਂ 'ਚ ਨੈਕਸਟ ਵੀਕ ਸਾਡੀ ਇੱਕ ਬੜੀ ਹਾਈ ਲੈਵਲ ਦੀ ਮੀਟਿੰਗ ਹੋ ਰਹੀ ਹੈ। ਬਹੁਤ ਸਾਰੇ ਸੀਨੀਅਰ ਐਡਵੋਕੇਟਸ ਨਾਲ ਮੈਂ ਮੀਟਿੰਗ ਕਰਨ ਜਾ ਰਹੀ ਹਾਂ, ਜਿਹੜੇ ਕੁਛ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਐਕਚੁਅਲ ਵਿੱਚ ਲੀਗਲ ਐਡ ਦੀ ਜ਼ਰੂਰਤ ਹੈ। ਸਰਕਾਰ ਵੱਲੋਂ ਪ੍ਰੋਵਾਈਡ ਕਰਵਾਈ ਜਾਂਦੀ ਹਰ ਡਿਸਟ੍ਰਿਕਟ 'ਚ, ਪਰ ਜਦੋਂ ਇੱਕ ਸੀਨੀਅਰ ਐਡਵੋਕੇਟ ਕੋਰਟ 'ਚ ਹੈਲਪ ਕਰਨ ਲਈ ਲੋੜਵੰਦ ਲੋਕ ਦੇ ਨਾਲ ਖੜ੍ਹੇ ਹੋ ਜਾਣਗੇ, ਉਹ ਬਹੁਤ ਸਪੋਰਟ ਕਰੇਗਾ, ਕਮਿਸ਼ਨ ਦੀ ਵੀ ਸਟਰੈਂਥ ਬਣਨਗੇ। ਕੁਛ ਬੜੇ ਸੀਨੀਅਰ ਐਡਵੋਕੇਟ ਅੱਛੇ ਨੇ ਕਿ ਜਿਹੜਾ ਬਹੁਤ ਅੱਛਾ ਕਰ ਰਹੇ ਨੇ ਔਰ ਸਮਾਜ ਨੂੰ ਵੀ ਕੁਛ ਦੇਣਾ ਚਾਹੁੰਦੇ ਨੇ, ਤੇ ਉਹਨਾਂ ਦੇ ਨਾਲ ਇੱਕ ਮੀਟਿੰਗ ਹੈ ਮੇਰੀ। ਮੈਂ ਵੀ ਇਸ ਦੇ ਨਾਲ ਨਾਲ ਦਾ ਇੱਕ ਕੁਐਸਚਨ ਆਇਆ ਸੀ, ਪਟਿਆਲਾ ਦੇ ਨਾਬਾਲਾ, ਹਾਂਜੀ ਗਾਪੇ ਵਾਲਾ, ਉਹਦਾ ਕੀ ਬਣਿਆ, ਸਟੇਟਸ ਕੀ ਹੈ? ਪਟਿਆਲਾ ਗਈ ਸੀ ਉਹ, ਐਸਡੀਐਮ ਨੂੰ ਦਿੱਤਾ ਜਾਂਚ ਕਰਨ ਵਾਸਤੇ, ਕਿਉਂਕਿ ਜਿਹੜਾ ਮਾਮਲੇ ਆ ਰਹੀ ਹੈ ਜੋ ਕਹਿੰਦੇ ਸੀ ਪਤਾ ਹੀ ਕੁਛ ਇਦਾਂ ਹੈ ਕਿ ਅਗਲੇ ਘਰ ਦੇ ਵਿੱਚ, ਮੈਂ ਜਦੋਂ ਗਈ ਸਾਂ ਸਾਹਮਣੇ ਆਣਾ ਚਾਹੀਦਾ ਸੀ ਨਾ, ਉਹਨਾਂ ਨੂੰ ਬੁਲਾਇਆ ਗਿਆ ਸੀ, ਉਹ ਦਰਵਾਜ਼ਾ ਤਾਲਾ ਮਾਰ ਕੇ ਭੱਜ ਗਏ ਤੇ ਮੈਂ ਹਾਲੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ, ਕਿਉਂਕਿ ਦੇਖੋ ਮਾਤਾ ਜੀ ਨੇ ਜਿਹੜਾ ਇੱਕ ਆਰੋਪ ਲਗਾਇਆ ਉਹ ਬੜਾ ਸੰਗੀਨ ਹੈ, ਇਨਸਾਨੀਅਤ ਤੇ ਬਾਹਰ ਹੈ ਉਹ ਬੜਾ ਸ਼ਰਮਿੰਦਗੀ, ਇੱਕ ਬੀਂਗ ਏ ਲੇਡੀ ਬੜਾ ਸ਼ਰਮਿੰਦਗੀ ਕਰਨ ਵਾਲਾ ਹੈ। ਉਹਦੀ ਜਾਂਚ ਦਾ ਵਿਸ਼ੇ ਐਸਡੀਐਮ ਨੂੰ ਤੇ ਐਸਪੀ ਨੂੰ ਆਰਡਰ ਕਰਕੇ ਆਏ ਹਾਂ। ਇਨੀਸ਼ਲੀ ਐਫਆਈਆਰ ਹੋ ਚੁੱਕੀ ਹੈ ਬੇਟੇ ਉੱਤੇ, ਪਰ ਜੋ ਮਾਤਾ ਜੀ ਨੇ ਦੱਸਿਆ ਉਹਦੀ ਹਲੇ ਜਾਂਚ ਦਾ ਵਿਸ਼ੇ ਵੇ, ਸੱਚਾਈ ਸਾਹਮਣੇ ਆ ਲੈਣ ਦੋ ਜਲਦ ਆ। ਇੱਕ ਸਵਾਲ ਹੈ ਕਿ ਸੀਐਮ ਪੰਜਾਬ ਨੂੰ ਵੀ ਤੁਸੀਂ ਮਿਲੇ ਸੀ ਬਜ਼ੁਰਗਾਂ ਦੇ ਮੁੱਦੇ ਨੂੰ ਲੈ ਕੇ, ਕਿਉਂਕਿ ਲਗਾਤਾਰ ਤੁਹਾਡੇ ਕੋਲ ਵੀ ਹੁਣ ਬਜ਼ੁਰਗਾਂ ਦੇ ਜਿਹੜੇ ਇਸ਼ੂ ਆ ਰਹੇ ਨੇ, ਉਹਦੇ 'ਚ ਕਿਸ ਤਰ੍ਹਾਂ ਦੀ ਹੁਣ ਤੁਸੀਂ ਕਾਰਵਾਈ? ਦੇਖੋ ਇਹ ਵੀ ਬੜਾ ਸੰਜੀਦਾ ਮੁੱਦਾ ਹੈ, ਇਹ ਇੱਕ ਮੇਰੇ ਦੇਖੋ ਜੀ ਪਰਸਨੈਲਿਟੀ ਨੂੰ ਅੰਦਰੋਂ ਤੋੜ ਕੇ ਰੱਖ ਦਿੰਦਾ ਹੈ, ਮੈਂ ਬਹੁਤ ਇਮੋਸ਼ਨਲ ਹੋ ਜਾਂਦੀ ਹਾਂ। ਸਾਡਾ ਜਿਹੜਾ ਅੱਜ ਯੂਥ ਜਿਸ ਸਾਈਡ 'ਤੇ ਜਾ ਰਿਹਾ, ਕੁਛ ਮਾਮਲਿਆਂ 'ਚ ਪੇਰੈਂਟਸ ਵੀ ਪਾਰਸ਼ਲ ਜਦੋਂ ਹੋ ਜਾਂਦੇ ਨੇ, ਜਦੋਂ ਇੱਕ ਪਰਿਵਾਰ 'ਚ 3 ਬੱਚੇ ਨੇ ਨਾ, ਮਾਪਿਓ ਪਾਰਸ਼ਲ ਹੋ ਜਾਂਦੇ ਨੇ ਜਦੋਂ ਪਹਿਲੇ ਬੱਚੇ ਦੀ ਸ਼ਾਦੀ ਹੁੰਦੀ ਨਾ ਮੁੰਡੇ ਦੀ। ਇਹਦੇ 'ਤੇ ਕੰਮ ਕਰਨ ਦੀ ਲੋੜ ਹੈ, ਇਹ ਜਿਹੜਾ ਇਹ ਸਮਾਜਿਕ ਤਾਨਾ ਬਾਨਾ, ਕਮਿਸ਼ਨਾਂ ਦਾ ਕਿੰਨਾ ਕੁ ਰੋਲ ਹੈ, ਪੁਲਿਸ ਦਾ ਕਿੰਨਾ ਕੁ ਰੋਲ ਹੈ, ਸਰਕਾਰਾਂ ਦਾ ਕਿੰਨਾ ਕੁ ਰੋਲ ਹੈ, ਜਿਹੜੀ ਪਰਿਵਾਰ ਹੈ ਇਹ ਇੱਕ ਨਾ ਚਰਚਾ ਦਾ ਵਿਸ਼ੇ ਵੇ, ਡਿਬੇਟ ਦਾ ਵਿਸ਼ੇ, ਬੁੱਧੀਜੀਵੀ ਇਹਦੇ ਤੇ ਡਿਬੇਟ ਕਰਨ, ਔਰ ਬੜਾ ਸੰਜੀਦਾ ਮੁੱਦਾ ਹੈ ਜਿਹੜਾ ਇਹ ਚੀਜ਼ਾਂ ਨੇ ਨਾ, ਇਹ ਅਲਟੀਮੇਟਲੀ ਜਦੋਂ ਐਫਆਈਆਰ ਹੁੰਦੀ ਹੈ ਥਾਣਿਆਂ 'ਚ ਜਾਂ ਸਾਡੀ ਜਾਂ ਕੁਝ ਕਮਿਸ਼ਨਾਂ 'ਚ ਪਹੁੰਚ ਜਾਂਦੇ ਨੇ, ਤੇ ਇਹ ਜਿਹੜੀ ਲੋ ਵਾਲੀ ਚੀਜ਼ ਹੈ ਨਾ ਉਹਨੂੰ ਕਿਤੇ ਨਾ ਕਿਤੇ ਇਫੈਕਟ ਕਰਦੀਆਂ ਨੇ, ਸਾਡਾ ਜਿਹੜਾ ਮਾਹੌਲ ਹੈ ਜਦੋਂ ਇਹ ਚੀਜ਼ਾਂ ਇੱਥੇ ਪਹੁੰਚ ਜਾਂਦੀਆਂ ਨੇ ਤੇ ਇੱਕ ਵਾਤਾਵਰਨ ਖਰਾਬ ਹੀ ਹੁੰਦਾ। ਇਹ ਬੜਾ ਇੱਕ ਨਾ ਸੰਜੀਦਾ ਕੰਮ ਹੈ ਜਿਹਦੇ 'ਚ ਕਿਤੇ ਨਾ ਕਿਤੇ ਪੇਰੈਂਟਸ, ਕਿਤੇ ਨਾ ਕਿਤੇ ਸਾਡਾ ਯੂਥ ਅੱਜ ਕਿਸ ਦਿਸ਼ਾ 'ਚ ਜਾ ਰਿਹਾ, ਜਿਹੜੀਆਂ ਇਮੋਸ਼ਨਸ ਨੇ ਉਹ ਖਤਮ ਹੋ ਰਹੀਆਂ ਨੇ, ਪਹਿਲੇ ਵਾਲੇ ਟਾਈਮ ਦੀਆਂ ਉਹ ਇਮੋਸ਼ਨਸ ਖਤਮ ਹੋ ਰਹੀਆਂ ਨੇ। ਨਿਸ਼ਾ ਜੀ, ਲੁਧਿਆਣਾ ਦੇ ਵਿੱਚ ਦਰਾਣੀਆਂ ਜਠਾਣੀਆਂ ਦੀ ਨਵੇਂ ਵਿਆਹੀਆਂ ਦੀ ਵੀਡੀਓ ਵਾਇਰਲ ਹੋਈ ਸੀ ਸੋਸ਼ਲ ਮੀਡੀਆ, ਤੁਸੀਂ ਕਹਿੰਦੇ ਨਾ ਕਿਤੇ ਕਿ ਯੂਥ ਵੱਖਰਾ ਜਾ ਰਿਹਾ, ਤੇ ਹੁਣ ਉਸ ਯੂਥ ਨੂੰ ਕਿਵੇਂ ਦੇਖਦੇ ਹੋ, ਕਿਵੇਂ ਕਾਰਵਾਈ ਕਰੋਗੇ? ਉਹਦੇ 'ਚ ਵੀ ਪਾਰਸ਼ਲ ਹੈ, ਮੈਂ ਜਦੋਂ ਬੁਲਾਇਆ ਸੀ ਮਦਰ ਨਾ, ਇੱਕ ਬੇਟੇ ਦੀ ਤਾਰੀਫ ਕਰ ਰਹੇ ਦੂਜੇ ਬੇਟੇ ਦੀ, ਬੇਟੇ ਨੂੰ ਇਹੋ ਪ੍ਰੋਬਲਮ ਸੀ ਕਿ ਮੇਰੀ ਮਦਰ ਪਾਰਸ਼ਲ ਹੈ, ਤੇ ਮੈਂ ਮਦਰ ਨੂੰ ਇੱਕ ਸੁਜੈਸ਼ਨ ਦਿੱਤੀ ਸੀ, ਮੈਂ ਚਾਹੁੰਦੀ ਸੀ ਵੈਸੇ ਕਿ ਇਹ ਇੱਕ ਨਾ ਸਮਾਜ ਨੂੰ ਤਸਵੀਰ ਦਿਖਾਈ ਜਾਏ, ਪਰ ਸਮ ਟਾਈਮ ਆਪਾਂ ਇਹ ਸਭ ਓਪਨਲੀ ਨਹੀਂ ਕਰ ਸਕਦੇ ਕਿ ਦੇਖੋ ਮਦਰ ਇੱਕ ਬੇਟੇ ਦੇ ਨਾਲ ਤੇ ਬਹੁਤ ਤਾਰੀਫ ਕਰ ਰਹੀ ਹੈ, ਦੂਜੇ ਬੇਟਾ ਉਹਨਾਂ ਦੇ ਨਾਲ ਜਿਹੜਾ ਪੇਰੈਂਟਸ ਨੂੰ ਆਪਣੇ ਪੱਧਰ 'ਤੇ ਨਾ ਇਹ ਬਦਨਾਮੀ ਹੁੰਦੀ ਹੈ, ਪਰਿਵਾਰਾਂ ਦੀ ਬਦਨਾਮੀ, ਔਰ ਕਿਤੇ ਨਾ ਕਿਤੇ ਨਾ ਇਹ ਚੀਜ਼ਾਂ ਸਮਾਜ ਨੂੰ ਪ੍ਰਭਾਵਿਤ ਕਰਦੀਆਂ ਨੇ, ਸਾਡੀ ਜਿਹੜੀ ਸੁਸਾਇਟੀ ਹੈ।
ਇਹ ਪਾਰਸ਼ਲ ਨਹੀਂ ਹੋਣਾ ਚਾਹੀਦਾ ਪੇਰੈਂਟਸ ਨੂੰ, ਜਾਂ ਤੇ ਇੰਡੀਪੈਂਡੈਂਟ ਹੋ ਜਾਓ, ਹਸਬੈਂਡ ਤੁਹਾਡਾ ਹੈ ਦੁਕਾਨ ਤੇ ਬੈਠਦੇ ਨੇ ਦੋਨੋਂ, ਬੱਚਿਆਂ ਨੂੰ ਕੱਢ ਕੇ ਬਾਹਰ ਕਰੋ ਜੇ ਬੱਚੇ ਸਹਿਯੋਗ ਨਹੀਂ ਕਰ ਰਹੇ, ਆਪਣੀ ਲਾਈਫ ਤੇ ਜੀਓ, ਜਾਂ ਬੱਚਿਆਂ ਦੀ ਸ਼ਾਦੀ ਨਾ ਕਰੋ, ਜਾਂ ਬੱਚਿਆਂ ਨੂੰ ਇਸ ਲਾਇਕ ਬਣਾਓ। ਸਾਡੇ ਸਮਾਜ ਦਾ ਜਿਹੜਾ ਵਾਤਾਵਰਨ ਹੈ ਉਹ ਖਰਾਬ ਹੋ ਰਿਹਾ, ਤੁਸੀਂ ਉਹਨਾਂ ਅੱਜ ਦਾ ਜਿਹੜਾ ਟਾਈਮ ਹੈ, ਮੈਂ ਹੁਣ ਟਾਈਮ ਘੱਟੇ ਤੁਹਾਡੇ ਨਾਲ ਗੱਲ ਕਰਨਾ, ਲੋਕੀ ਪਤਾ ਲੋਕੀ ਉਹਨਾਂ ਚੀਜ਼ਾਂ ਨੂੰ ਸਪੋਰਟ ਕਰਦਾ, ਸਾਡਾ ਯੂਥ, ਸਾਡੇ ਸਮਾਜ ਦੇ ਲੋਕ, ਸ਼ਾਦੀ ਕਰ ਲਈ, ਇੱਕ ਬੀਵੀ ਛੱਡਤੀ, 15 ਸਾਲ ਦੂਜੀ ਬੀਵੀ ਰੱਖ ਲਈ, ਫਿਰ ਤਲਾਕ ਦਿੱਤਾ, ਫਿਰ ਸੱਤੇ ਮੇਂ ਜਾਤੇ ਜਾ ਕੇ ਸ਼ੋ ਕਰ ਲਏ, ਪੋਰਨ ਫਿਲਮਾਂ ਬਣ ਰਹੀਆਂ ਨੇ, ਤਾੜੀਆਂ ਮਾਰ ਰਹੇ ਹੋ, ਤੁਸੀਂ ਸਪੋਰਟ ਕਰ ਰਹੇ ਹੋ, ਵਟ ਇਜ਼ ਦਿਸ? ਕਿੱਧਰ ਜਾ ਰਿਹਾ ਸਮਾਜ? ਇਹਦੇ 'ਤੇ ਸਰਕਾਰਾਂ ਨੂੰ ਧਿਆਨ ਦੇਣਾ ਪਏਗਾ। ਸਾਡਾ ਯੂਥ ਨੂੰ ਇਫੈਕਟ ਕਰ ਰਹੀਆਂ ਨੇ ਇਹ ਚੀਜ਼ਾਂ, ਸਾਡੇ ਮਾਹੌਲ ਖਰਾਬ ਹੋ ਰਹੇ ਨੇ। ਬਾਲਿਗ ਔਰ ਨਾਬਾਲਿਗ ਦਾ ਜਿਹੜਾ ਸਰਕਾਰਾਂ ਨੇ ਇੱਕ ਸਿਸਟਮ ਫਿੱਟ ਕਰਤਾ, ਕੀ ਬਾਲਿਗ, 12 ਸਾਲ ਦੀ ਬੱਚੀ ਨੂੰ ਪੀਰੀਅਡਸ ਆ ਜਾਂਦੇ ਨੇ, 17 ਸਾਲ ਦੀ ਬੱਚੀ ਨੂੰ ਤੁਸੀਂ ਨਾਬਾਲਿਗ ਕਹਿੰਦੇ ਹੋ, 18 ਸਾਲ ਦੀ ਬੱਚੀ ਨੂੰ ਤੁਸੀਂ ਬਾਲਿਗ ਕਹਿੰਦੇ ਹੋ, 20 ਸਾਲ ਦਾ ਮੁੰਡਾ ਰੇਪ ਕਰ ਦਿੰਦਾ ਉਹਨੂੰ ਤੁਸੀਂ ਨਾਬਾਲਿਗ ਕਹਿ ਲੈਂਦੇ ਹੋ, 21 ਸਾਲ ਦਾ ਬੱਚੇ ਦਾ ਤੁਸੀਂ ਵਿਆਹ ਕਰ ਦਿੰਦੇ ਹੋ, ਉਹ ਸੁਸਾਈਡ ਕਰ ਲੈਂਦਾ ਉਹਨੂੰ ਤੁਸੀਂ ਬਾਲਿਗ ਕਹਿ ਦਿੰਦੇ ਹੋ। ਇਹ ਸਿਸਟਮ ਬਦਲਣਾ ਪਏਗਾ। ਤੁਹਾਡਾ ਮੇਰਾ ਹੁਣ ਟਾਈਮ ਜਦੋਂ ਸਾਡਾ ਸੀ, ਸਾਡੀ ਜਦੋਂ ਉਦੋਂ ਸਿਚੁਏਸ਼ਨ ਸੀ, ਸਾਨੂੰ ਇਹ ਸਭ ਟੈਕਨੋਲੋਜੀ ਨੇ ਕਿਤੇ ਨਾ ਕਿਤੇ, ਜੇ ਟੈਕਨੋਲੋਜੀ ਇੱਕ ਸਟਰੈਂਥ ਵੀ ਦਿੰਦੀ ਹੈ, ਟੈਕਨੋਲੋਜੀ ਖਰਾਬ ਵੀ ਕਰਦੀ ਹੈ। ਸਰਕਾਰ ਨੂੰ ਜਿਹੜਾ ਵਕਤ ਹੈ ਇਸ ਟਾਈਮ, ਸੰਵਿਧਾਨ ਵਿੱਚ ਜਿਹੜੇ ਕਾਨੂੰਨ ਬਣ ਚੁੱਕੇ ਨੇ, ਸੰਸ਼ੋਧਨ ਕਰਨ ਦੀ ਬੜੀ ਸਖਤ ਜ਼ਰੂਰਤ ਹੈ। ਸੈਂਸਰ ਬੋਰਡ ਜਿਹੋ ਜਿਹੀ ਚੀਜ਼ ਹੈ ਜਿਹੜਾ ਪੂਰੀ ਦੁਨੀਆ ਨੂੰ ਇਫੈਕਟ ਕਰਦਾ ਹੈ, ਕਮਿਸ਼ਨ ਜਿਹੋ ਜਿਹੇ ਲੋਕਾਂ ਨੂੰ ਵਿੱਚ ਬਿਠਾਉਣ ਦੀ, ਪੂਰੀ ਹਰ ਸਟੇਟ ਦੇ ਕਮਿਸ਼ਨ ਦੇ ਚੇਅਰਪਰਸਨ ਸੈਂਸਰ ਬੋਰਡ 'ਚ ਇਨਵੋਲਵਮੈਂਟ ਹੋਣੀ ਚਾਹੀਦੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਇੰਸਟਰਕਸ਼ਨ, ਸਾਡੀ ਇੰਡੀਅਨ ਸੁਸਾਇਟੀ ਸਾਡੇ ਜਿਹੜੇ ਯੂਥ ਨੂੰ ਖਰਾਬ ਕਰ ਰਹੀ ਹੈ, ਸਰਕਾਰਾਂ ਨਿਸ਼ਚਿਤ ਕਰਨ। ਰੇਪ ਦੇ ਸੀਨ ਦਿਖਾਉਂਦੇ ਨੇ, ਮਾਰਧਾੜ ਦਿਖਾਉਂਦੇ ਨੇ, ਕਿਤੇ ਨਾ ਕਿਤੇ ਸੁਸਾਇਟੀ ਇਫੈਕਟ ਹੁੰਦੀ ਹੈ ਇਹਨਾਂ ਚੀਜ਼ਾਂ ਨਾਲ, ਅਤੇ ਬਹੁਤ ਚਰਚਾ ਦਾ ਵਿਸ਼ੇ, ਸੰਜੀਦਾ ਮੁੱਦੇ ਨੇ। ਮੈਂ ਬਹੁਤ ਭਾਰਤ ਸਰਕਾਰ ਨੂੰ ਬਹੁਤ ਕੁਛ ਲਿਖਦੀ ਰਹਿੰਦੀ ਹਾਂ ਕਿ ਇਹ ਅੱਜ ਦਾ ਜਿਹੜਾ ਮਾਹੌਲ ਆ ਰਿਹਾ, ਆਉਣ ਵਾਲੇ ਟਾਈਮ ਵਿੱਚ ਬੱਚੇ ਸ਼ਾਦੀਆਂ ਹੀ ਨਹੀਂ ਕਰਨਗੇ, ਲੜਕੀਆਂ ਮਾਂ ਹੀ ਨਹੀਂ ਬਣਨਗੀਆਂ, ਇਹੋ ਜਿਹਾ ਸਮਾਂ ਆ ਰਿਹਾ। ਕੀ ਹੋ ਰਿਹਾ ਇਮੋਸ਼ਨਸ ਦਾ, ਬਹੁਤ ਕੰਮ ਕਰਨ ਦੀ ਹੈ। ਮੈਡਮ, ਨਾਭੇ ਵਾਲੀ ਜਿਹੜੀ ਮਾਤਾ ਦਾ ਤੁਸੀਂ ਕੇਸ ਬਹੁਤ ਵਧੀਆ ਕਮਿਸ਼ਨ ਨੇ ਹੈਂਡਲ ਕੀਤਾ, ਪਰ ਉਹਦੇ ਵਿੱਚ ਇੱਕ ਨਵਾਂ ਪੱਖ ਸਾਹਮਣੇ ਆਇਆ, ਪਿੰਡ ਵਾਸੀਆਂ ਦੇ ਵਿੱਚੋਂ ਜ਼ਿਆਦਾਤਰ ਮਾਤਾ ਦੇ ਦੋਸ਼ਾਂ ਨੂੰ ਨਕਾਰ ਰਹੇ ਨੇ ਜੀ, ਉਹਨੂੰ ਕਿਵੇਂ ਦੇਖ ਰਹੇ? ਦੇਖੋ, ਤਾਂ ਇਨਵੈਸਟੀਗੇਸ਼ਨ ਹੋਏਗੀ, ਸਰਪੰਚ ਨਾਲ ਸੀ, ਸਰਪੰਚ ਵੀ ਸੀ, ਹੋਰ ਵੀ ਲੋਕ ਸੀ, ਦੋ ਉਹਨਾਂ ਦੋ ਧੜੇ ਬਣ ਗਏ ਨੇ, ਇੱਕ ਉਹਨਾਂ ਨੂੰ ਸਪੋਰਟ ਕਰ ਰਿਹਾ, ਇੱਕ ਉਹਨਾਂ ਨੂੰ। ਇਸ ਤਰ੍ਹਾਂ ਹੀ ਹੁੰਦਾ ਹੈ ਜਦੋਂ ਵੀ ਕੋਈ ਲੜਾਈ ਝਗੜਾ ਹੁੰਦਾ। ਮਾਤਾ ਕਹਿੰਦੀ ਸੀ 12 ਕਿੱਲੇ ਜ਼ਮੀਨ ਹੈ, ਤਿੰਨੋਂ ਪੁੱਤਰਾਂ 'ਚ ਜਾਂ ਬਰਾਬਰ ਬਰਾਬਰ ਦੀ ਵੰਡਦੀ, ਤੇ ਬੱਚਿਆਂ ਨੂੰ ਖਰਚਾ ਮੰਨ ਦੇਣਾ ਚਾਹੀਦਾ, ਨਹੀਂ ਬਣ ਰਹੀ ਪੇਰੈਂਟਸ। ਸਾਡੀ ਗੱਲ ਹੋਈ ਸੀ, ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਿਆ ਜਦੋਂ ਮੈਡਮ ਨੇ ਆਉਣਾ ਸੀ ਤਾਂ ਕਰਕੇ ਅਸੀਂ ਜਾ ਨਹੀਂ ਪਾਏ। ਬਿਲਕੁਲ ਆ ਸਕਦੇ ਨੇ, ਆਪਣਾ ਪੱਖ ਰੱਖ ਸਕਦੇ ਨੇ, ਮੈਂ ਕਿਹੜੀ ਕੋਈ ਜਜਮੈਂਟ ਦਿੱਤੀ ਹੈ, ਮੈਂ ਤੇ ਬੇਟੇ ਨੂੰ ਬੁਲਾਇਆ ਹੀ ਸੀ ਨਾ, ਕੋਈ ਗੱਲ ਨਹੀਂ, ਮੇਰੇ ਕੋਲ ਕਦੀ ਵੀ ਆ ਕੇ ਆਪਣਾ ਪੱਖ ਰੱਖ ਸਕਦੇ ਨੇ। ਔਰ ਹਮੇਸ਼ਾ ਕਮਿਸ਼ਨ ਨੇ ਕਦੀ ਵੀ ਇੱਕ ਤਰਫਾ ਸੁਣ ਕੇ ਕੋਈ ਵੀ ਕਾਰਵਾਈ ਨਹੀਂ ਕੀਤੀ, ਉਹ ਆਪਣਾ ਪੱਖ ਰੱਖ ਸਕਦੇ। ਥੈਂਕ ਯੂ ਸੋ ਮਚ।